ਅੱਜ ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਹੋਈ, ਜਿਸ ਵਿੱਚ ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਜਿੱਤ ਕੇ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਬਣੇ, ਇਮਰਾਨ ਦੱਗੜ ਮੀਤ ਪ੍ਰਧਾਨ, ਜਦਕਿ ਦੂਸਰੇ ਗਰੁੱਪ ਐਡਵੋਕੇਟ ਪ੍ਰਣਵ ਗੁਪਤਾ ਸੈਕਟਰੀ ਦੀ ਚੋਣ ਜਿੱਤੇ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਤੇ ਭਰਾ ਮਨਿੰਦਰ ਸਿੰਘ ਵੜਿੰਗ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਅਮਰੀਕ ਸਿੰਘ ਔਲਖ ਮੀਤ ਪ੍ਰਧਾਨ, ਇਮਰਾਨ ਦੱਗੜ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਵਧਾਈ ਦਿੱਤੀ ਗਈ। ਅਮਰੀਕ ਸਿੰਘ ਔਲਖ ਅੱਜ ਸਾਡੇ ਬਾਰ ਐਸੋਸੀਏਸ਼ਨ ਅਮਲੋਹ ਦੀ ਇਲੈਕਸ਼ਨ ਸੀ, ਜਿਸ ਵਿੱਚ ਮੈਂ ਪ੍ਰਧਾਨਗੀ ਦੇ ਵਜੋਂ ਆਪਣੇ ਚੋਣ ਪੱਤਰ ਦਾਖਲ ਕੀਤਾ ਹੋਇਆ ਸੀ। ਉਸ ਦੇ ਵਿੱਚ ਮੈਨੂੰ ਅੱਜ ਮੇਰੇ ਸਮੂਹ ਵਕੀਲ ਸਾਹਿਬਾਨ ਨੇ ਵੋਟਾਂ ਪਾਈਆਂ ਹੈ ਅਤੇ ਉਸ ਦੇ ਵਿੱਚ ਮੈਨੂੰ ਜਿਤਾਇਆ, ਜਿਸ ਦੇ ਵਿੱਚ ਮੈਂ ਸਾਰੇ ਵਕੀਲ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਨਾਲ ਦੀ ਨਾਲ ਮੇਰੀ ਪਾਰਟੀ ਆਮ ਆਦਮੀ ਪਾਰਟੀ, ਉਸ ਦਾ ਵੀ ਬਹੁਤ ਜ਼ਿਆਦਾ ਇਸ ਜਿੱਤ ਦੇ ਵਿੱਚ ਯੋਗਦਾਨ ਹੈ। ਸਪੈਸ਼ਲੀ ਸਾਡੇ ਹਲਕਾ ਅਮਲੋਹ ਦੇ MLA ਸਰਦਾਰ ਗੁਰਿੰਦਰ ਸਿੰਘ ਗੈਰੀ ਵੜਿੰਗ, ਉਹਨਾਂ ਦੇ ਵੱਡੇ ਭਰਾ ਮਨਿੰਦਰ ਸਿੰਘ ਮਣੀ ਵੜਿੰਗ ਜੀ, ਉਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ। ਉਹਨਾਂ ਨੇ ਇੱਕ ਆਪਣਾ ਪੂਰਾ ਵਾਹ ਲਾ ਕੇ ਇਸ ਵਿਕਟਰੀ ਦੇ ਵਿੱਚ ਯੋਗਦਾਨ ਪਾਇਆ। ਅਤੇ ਜੋ ਅੱਗੇ ਬਾਹਰ ਦੀਆਂ ਕੋਈ ਸਮੱਸਿਆਵਾਂ ਹੁੰਦੀਆਂ ਹਨ, ਕਿਉਂਕਿ ਬਾਹਰ ਦੀਆਂ ਵੀ ਬਹੁਤ ਸਮੱਸਿਆਵਾਂ ਰਹਿੰਦੀਆਂ ਹਨ, ਕਿਉਂਕਿ ਨਵੇਂ ਚੈਂਬਰ ਇੱਥੇ ਦੀ ਸਮੱਸਿਆ ਹੈ, ਕਿਉਂਕਿ ਇੱਥੇ ਨਿਊ ਕਮਰਾਂ ਦੇ ਚੈਂਬਰਾਂ ਦੀ ਸਪੇਸ ਨਹੀਂ। ਉਹਨਾਂ ਦਾ ਵੀ ਹੱਲ ਕਰਾਉਣ ਦਾ ਉਪਰਾਲਾ ਕਰਾਂਗੇ, ਕਿਉਂਕਿ MLA ਸਾਹਿਬ ਤੱਕ ਕਰਾਂਗੇ, ਅਪਰੋਚ ਕਰਾਂਗੇ ਵੀ ਇਸ ਨੂੰ ਹੱਲ ਕੀਤਾ ਜਾਵੇ। ਬਾਕੀ ਬਾਹਰ ਦਾ ਅਤੇ ਬੈਂਚ ਦਾ ਇੱਕ ਸਮੂਥ ਰਿਲੇਸ਼ਨ ਬਣਾਉਣਾ ਹੁੰਦਾ ਪ੍ਰਧਾਨ ਨੇ, ਜੋ ਉਹਨੇ ਕੜੀ ਦਾ ਰੋਲ ਅਦਾ ਕਰਨਾ ਹੁੰਦਾ। ਮੇਰਾ ਹੈ ਵੀ ਉਸ ਨਾਲ ਵੀ ਜੋ ਕੜੀ ਦਾ ਰੋਲ ਹੈ ਵੀ ਉਹ ਮੈਂ ਚੰਗੀ ਤਰ੍ਹਾਂ ਨਿਭਾਵਾਂ, ਅਤੇ ਬਾਹਰ ਅਤੇ ਬੈਂਚ ਦਾ ਜਿਹੜਾ ਰਿਸ਼ਤਾ ਹੈ ਉਹ ਚੰਗਾ ਹੋਵੇ, ਅਤੇ ਹੋਰ ਵੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ ਵਕੀਲ ਸਾਹਿਬਾਨਾਂ ਨਵਿਆਂ ਦੀਆਂ, ਉਹਨਾਂ ਨੂੰ ਵੀ ਹੱਲ ਕਰਦਾ ਵਾ। ਇਹ ਜਿਹੜੀ ਚੋਣ ਹੋਈ ਸੀ ਪ੍ਰੈਜੀਡੈਂਟ ਦੇ ਲਈ, ਜਿਹਦੇ ਵਿੱਚ ਮੈਂ ਖੜਾ ਸੀ ਅਤੇ ਦੂਸਰੇ ਪਾਸੇ ਗੌਰਵ ਗਰਗ ਜੀ ਖੜੇ ਸੀ, ਅਤੇ ਵਾਈਸ ਪ੍ਰੈਜੀਡੈਂਟ ਦੀ ਹੋਈ ਸੀ ਅਤੇ ਸੈਕਟਰੀ ਦੀ ਹੋਈ ਸੀ, ਅਤੇ ਮੈਂ 3 ਵੋਟਾਂ ਦੇ ਨਾਲ ਮੈਨੂੰ ਜੇਤੂ ਕਰਾਰ ਦਿੱਤਾ। ਅਤੇ ਜਿਹੜੀ ਚੋਣ ਲਈ ਗਈ ਸੀਗੀ ਉਸ ਦੇ ਵਿੱਚ ਰਿਟਰਨਿੰਗ ਆਫਿਸਰ ਰੋਬਿਨ ਬਾਂਸਲ ਅਤੇ ਅਸਿਸਟੈਂਟ ਰਿਟਰਨਿੰਗ ਆਫਿਸਰ ਸਤਨਾਮ ਸਿੰਘ ਭਗੜਾਣਾ ਸੀ ਉਹਨਾਂ ਦੇ ਰਾਹੀਂ, ਅਤੇ ਲੱਤੀ ਗਈ ਬੜੀ। ਉਹਨਾਂ ਨੇ ਵੀ ਬੜੀ ਅੱਛੇ ਤਰੀਕੇ ਨਾਲ ਇਲੈਕਸ਼ਨ ਕਰਵਾਈ ਆ, ਅਤੇ ਉਹਨਾਂ ਦਾ ਵੀ ਮੇਰੇ ਬਹੁਤ ਹੀ ਪਰਮ ਮਿੱਤਰ ਐਡਵੋਕੇਟ ਅਮਰੀਕ ਔਲਖ ਨੂੰ ਬਾਰ ਐਸੋਸੀਏਸ਼ਨ ਅਮਲੋਹ ਦਾ ਪ੍ਰਧਾਨ ਚੁਣੇ ਜਾਣ 'ਤੇ ਬਹੁਤ ਬਹੁਤ ਮੁਬਾਰਕਾਂ। ਔਲਖ ਸਾਹਿਬ ਸਾਡੀ ਪਾਰਟੀ ਦੇ ਬਹੁਤ ਹੀ ਮਿਹਨਤੀ ਅਤੇ ਵਫ਼ਾਦਾਰ ਸਿਪਾਹੀ ਨੇ, ਅਤੇ ਇਹਨਾਂ ਨੂੰ ਇਹਨਾਂ ਦੀ ਮਿਹਨਤ ਅਤੇ ਵਫ਼ਾਦਾਰੀ ਦੇ ਬਦਲੇ ਹੀ ਅਮਲੋਹ ਦੇ ਵਕੀਲ ਸਾਹਿਬਾਨਾਂ ਨੇ ਆਪਣੇ ਪ੍ਰੈਜੀਡੈਂਟ ਦੇ ਤੌਰ 'ਤੇ ਚੁਣਿਆ। ਸਾਰੇ ਵਕੀਲ ਭਾਈ ਸਾਹਿਬ ਭਾਈਚਾਰੇ ਦਾ ਅਸੀਂ, ਮੈਂ ਆਪਣੇ ਵੱਲੋਂ, ਮੇਰੇ ਪਰਿਵਾਰ ਵੱਲੋਂ, MLA ਸਾਹਿਬ ਵੱਲੋਂ, ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਧੰਨਵਾਦ ਕਹਿੰਦੇ ਹਾਂ ਵੀ ਉਹਨਾਂ ਨੇ ਸਾਡੇ ਇੱਕ ਸਿਪਾਹੀ ਨੂੰ ਮਜ਼ਬੂਤ ਕੀਤਾ। ਪਰਮਾਤਮਾ ਕਰੇ ਇਹ ਆਪਣੀ ਜਿਹੜੀ ਡਿਊਟੀ ਹੈ ਉਹਨੂੰ ਤਨਦੇਹੀ ਨਾਲ ਨਿਭਾਉਣ। ਇਮਰਾਨ ਖਾਨ ਐਜ਼ ਵਾਈਸ ਪ੍ਰੈਜੀਡੈਂਟ ਪੋਸਟ 'ਤੇ ਖੜਾ ਸੀਗਾ, ਅਤੇ ਜੋ ਮੇਰੀ ਜਿੱਤ ਹੋਈ ਆ ਉਹ ਵਕੀਲ ਭਾਈਚਾਰੇ ਦੀ ਸਹਿਮਤੀ ਅਤੇ ਉਹਨਾਂ ਦੇ ਪੂਰੀ ਫੁੱਲ ਸਪੋਰਟ ਦੇ ਨਾਲ ਹੋਈ ਆ। ਔਰ ਜੋ ਉਹਨਾਂ ਨੇ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਨੇ, ਉਸ ਉਮੀਦ ਨਾਲ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ। ਔਰ ਜੋ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਸਾਡੇ ਚੈਂਬਰਾਂ ਦਾ ਮਸਲਾ, ਸਾਡੇ ਆਲਰੇਡੀ 50 ਚੈਂਬਰ ਪਾਸ ਹੋਏ ਹੋਏ ਆ ਇੱਥੇ, ਔਰ ਹਜੇ 29 ਬਣੇ ਨੇ, ਔਰ ਬਾਕੀ ਜਿਹੜੇ 21 ਚੈਂਬਰ ਬਣਨ ਤੋਂ ਰਹਿੰਦੇ ਨੇ ਉਹਨਾਂ ਦਾ ਅਸੀਂ ਜਲਦੀ ਤੋਂ ਜਲਦੀ ਜੋ ਅੱਗੇ ਪ੍ਰੋਸੈਸ ਦੇ ਮੁਤਾਬਿਕ ਕਰਾ ਕੇ ਜਲਦੀ ਤੋਂ ਜਲਦੀ ਉਹਨਾਂ ਦੀ ਉਸਾਰੀ ਸ਼ੁਰੂ ਕਰਵਾਵਾਂਗੇ। ਔਰ ਜੋ ਬਾਰ ਅਤੇ ਬੈਂਚ ਦਾ ਦੋਨਾਂ ਦਾ ਪੂਰਾ ਉਹਨੂੰ ਧਿਆਨ 'ਚ ਰੱਖਦੇ ਹੋਏ ਪੂਰਾ ਉਹਨਾਂ ਦਾ ਸਾਥ